तेरी करम नवाजी दी सिखर दाता मेहरबान तू बाद नसीब उते जेड़ा यो तकाम दा नाल शरदा दुख आउन ना दवे सलीब उते मलक पागो दी नहीं हो मलक पागो दी नहीं परवाह तैनू तू तेरी जुदै लालो गरीब उते अमर जीत स्या को दुरा चाई खादा हो रखिया मलक दा भोजन जीब उते रखिया मलक दा भोजन जीब उते साला परिकाश अवसर पंथ खालसा चाई मनाउन लगा धरती जान सुल्तानपुरी करमा रती हर कोई उस था नजर टिकाउन लगा ओ लांगा खुले करतार पर जान दे हरि गुरु दा सिख ए चाउन लगा अमरजीत सबरामा भी लिख लिख के नानक गुरु जी दी शोभा गाउने लगा नानक गुरु जी दी शोभा गाउने लगा आ गई है कड़ी सुलखनी जीवन बिच साडे जी धरती सुल्तानपुरे दी देश दवाबे दी जिंदगी दे साल तेरा जिस थां बाबे जी डुबिया नू तारन बदले समा गुजारिया है 550 साल पंथ मना रहा है आगमन पुरब गुरा चावान वक्त आ गया खुशी मना मन दन मन तन सफला जानो मौका बना मन बापे ने सब कपड़ाया मंड के खावन सच्चे दा नाम हिरदियो देना विसारना धन धन गुरु नानक जी दे भुल्यो उपकारना धन धन गुरु नानक जी दे बदलिया रूप जैसने हिंद दी तस्वीर दा लालो नू छाती लाके जैसने सत्कारिया है 550 साल पंथ मना रहा है आगमन पुरब गुरादा जैसने सिद्धा
ਕੀਤਾ ਬੜੀ ਕੰਧਾਰੀਆਂ ਨੂੰ ਸੱਚ ਦਾ ਉਪਦੇਸ਼ ਦਿੱਤਾ ਵੱਡੇ ਹੰਕਾਰੀਆਂ ਨੂੰ ਵਣਜ ਕਮਾਉਣਾ ਸੁਥਰਾ ਦੱਸਿਆ ਵਪਾਰੀਆਂ ਨੂੰ ਮੋਮਨ ਮਰਦਾਨੇ ਨੂੰ ਸਿੱਖ ਪਿਤਾ ਪਿਆਰ ਨਾ ਧੰਨ ਧੰਨ ਗੁਰੂ ਨਾਨਕ ਜੀ ਦੇ ਭੁੱਲਿਓ ਉਪਕਾਰ ਨਾ ਧੰਨ ਧੰਨ ਗੁਰੂ ਨਾਨਕ ਜੀ ਦੇ ਪੰਡਤ ਨੂੰ ਦੱਸੀ ਪੂਜਾ ਕਰਨੀ ਭਗਵਾਨ ਦੀ ਮੋਮਨ ਨੂੰ ਦੱਸਿਆ ਮੰਨੀ ਮਤ ਕਰਾਨ ਦੀ ਦੁਨੀਆਂ ਤੇ ਸੋਭਾ ਹੁੰਦੀ ਉਸ ਭਗਵਾਨ ਦੀ ਬਣ ਕੇ ਜੋ ਧਰਮੀ ਸੱਚਾ ਧਰਮ ਕਮਾਰਿਆ ਹੈ ਪੰਜ ਸੌ ਪੰਜਾਹ ਸਾਲਾ ਪੰਥ ਮਨਾਰਿਆ ਹੈ ਆਗਮਨ ਪੁਰਬ ਗੁਰਾਂ ਦਾ ਅਣਖੀ ਦਲੇਰਿਓ ਜ਼ਾਲਮ ਨੂੰ ਜ਼ੁਲਮ ਵਰਦੇ ਅੱਗੇ ਹੋ ਗੇਰਿਓ ਮੌਕੇ ਤੇ ਸੱਚ ਬਿਆਨੇ ਤ੍ਰਿਪਤਾ ਦਾ ਸ਼ੇਰਿਓ ਕਾਕਾ ਨਾ ਕਦੇ ਵੀ ਰਲਦੀ ਹੰਸਾਂ ਦੀ ਡਰ ਨਾ ਧੰਨ ਧੰਨ ਗੁਰੂ ਨਾਨਕ ਜੀ ਦੇ ਭੁੱਲਿਓ ਧੰਨ ਧੰਨ ਗੁਰੂ ਨਾਨਕ ਜੀ ਦੇ ਦਿੱਤਾ ਉਪਦੇਸ਼ ਜਿਸ ਨੇਕੀ ਕਮਾਉਣ ਦਾ ਮਾਰ ਗਰੀਬ ਬੰਦੇ ਨੂੰ ਛਾਤੀ ਨਾਲ ਲਾਉਣ ਦਾ ਕੌਡੇ ਦਾ ਥਾਰ ਕਰਾਇਆ ਸਿਧੇਰਾ ਪਾਉਣ ਦਾ ਵਧੀਆਂ ਤੋਂ ਵਰਜ ਵਰਜ ਕੇ ਛਾਤੀ ਲਗਾਰਿਆ ਹੈ ਪੰਜ ਸੌ ਪੰਜਾਹ ਸਾਲਾ ਪੰਥ ਮਨਾਰਿਆ ਹੈ ਆਗਮਨ ਦਿਵਸ ਗੁਰਾਂ ਦਾ ਤਪਦਿਆਂ ਨੂੰ ਠੰਡ ਵਰਤਾਵੇ ਮਿੱਠੀ ਗੁਰਬਾਣੀ ਜੀ ਆਈ ਹੈ ਤੁਰ ਦਰਗਾਹੋਂ ਰਤਨਾਂ ਦੀ ਖਾਣੀ ਜੀ ਹਿਰਦਿਓਂ ਪੜਦਾ ਇਸ ਨੂੰ ਜਿਹੜਾ ਪ੍ਰਾਣੀ ਜੀ ਤਰ ਦੰਦਾ ਅਮਰਜੀਤ ਸਿਆਲ ਜੁੜ ਕੇ ਕਰ ਤਾਰਨਾ ਧੰਨ ਧੰਨ ਗੁਰੂ ਨਾਨਕ ਜੀ ਦੇ ਭੁੱਲਿਓ ਉਪਕਾਰਨਾ ਧੰਨ ਧੰਨ ਗੁਰੂ ਨਾਨਕ ਜੀ ਦੇ ਜਹਰ ਪੀਰ ਜਗਤ ਗੁਰ ਬਾਬਾ ਆਪ ਨਰਾਇਣ ਕਲਾ ਧਾਰ ਜਗ ਮੈਂ ਪਰਵਰਿਓ ਪੂਰੇ ਗੁਰੂ ਦਾ 550 ਸਾਲਾ ਅਵਤਾਰ ਪੁਰਬ ਬੜੀ ਚੜ੍ਹਦੀ ਕਲਾ ਸ਼ਿੱਦਤ ਭਾਵਨਾ ਦੇ ਨਾਲ ਸਾਰੇ ਨਗਰ ਦੀ ਸੰਗਤ ਗੁਰੂ ਜੀ ਦੀ ਅਸੀਸ ਲੈਣ ਦਾ ਸਦਕਾ ਮਨਾ ਕੇ ਲਾਹ ਪ੍ਰਾਪਤ ਕਰ ਰਹੀ ਹੈ। ਕਰੋੜ ਕਰੋੜ ਮੁਬਾਰਕਬਾਦ ਦਿੰਦਾ ਹਾਂ, ਚੜ੍ਹਦੀ ਕਲਾ ਦੀ ਅਰਦਾਸ ਕਰਦਾ ਹੈ ਜਿਹਨੇ ਸਿਦਕ ਨਾਲ ਮੈਂ ਲੰਮੇ ਸਮੇਂ ਤੋਂ ਬੈਠਾ ਹੈ। ਤੁਸੀਂ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਆਸਥਾ ਦੇ ਫੁੱਲ ਅਰਪਿਤ ਕਰ ਰਹੇ ਹੋ। ਤੁਹਾਡੇ ਸਿਦਕ ਦਿਲੀ ਦੀ ਆਵਾਜ਼ ਗੁਰੂ ਦੇ ਦੁਆਰ ਪ੍ਰਵਾਨ ਹੋਵੇ, ਵਾਹਿਗੁਰੂ ਤੁਹਾਨੂੰ ਦੁਨੀਆਂ ਦੀ ਹਰ ਖੁਸ਼ੀ ਨਸੀਬ ਫਰਮਾਏ, ਇਹ ਮੈਂ ਦਿਲੋਂ ਅਰਦਾਸ ਕਰਦਾ ਹਾਂ। ਮੈਨੂੰ ਇੱਥੇ ਆ ਕੇ ਬੜਾ ਚਾਅ ਮਹਿਸੂਸ ਹੋਇਆ ਹੈ। ਮੈਂ ਉਸ ਪਰਿਵਾਰ ਵਿੱਚ ਆਇਆ ਹੈ ਜਿਹੜਾ ਪਰਿਵਾਰ ਸਿੱਖ ਪੰਥ ਦੇ ਮਹਾਨ ਬਾਦਸ਼ਾਹ ਕਵੀਸ਼ਰ ਬਾਪੂ ਜੋਗਾ ਸਿੰਘ ਜੋਗੀ ਦਾ ਪਰਿਵਾਰ, ਜਿੰਨੇ ਜਥੇ ਹਾਜ਼ਰੀ ਭਰ ਕੇ ਗਏ ਨੇ, ਸਾਰਿਆਂ ਦੇ ਰੋਮ ਰੋਮ ਵਿੱਚ
ਜੋਗਾ ਸਿੰਘ ਜੋਗੀ ਰਚਿਆ ਹੋਇਆ ਔਰ ਇੰਨਾ ਮਹਾਨ ਪਰਿਵਾਰ ਜੇ ਮੇਰੇ ਵਰਗੇ ਨੂੰ ਮਾਣ ਦੇ ਤੇ ਮੈਂ ਖੁਸ਼ ਨਸੀਬੀ ਸਮਝਦਾ ਆਪ ਵਧਾਈ ਦੇ ਪਾਤਰ ਹੋ ਗੁਰੂ ਬਾਬੇ ਦੀ ਅਸੀਸ ਲੈਣ ਲਈ ਜੁੜੇ ਹੋ ਸਭਨਾਂ ਦਾ ਧੰਨਵਾਦ ਕਰਦਾ ਹੈ ਸਭ ਤੋਂ ਪਹਿਲਾਂ ਜਿੰਨੀਆਂ ਰੂਹਾਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੂੰ ਦਿਲੋਂ ਮੁਹੱਬਤ ਕਰਦੀਆਂ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਅਦਬ ਸਹਿਤ ਸੀਸ ਝੁਕਾਓ ਪਿਆਰ ਨਾਲ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੇਂ ਵਿੱਚ ਰਹਿ ਕੇ ਸਮਾਪਤੀ ਕਰਨ ਦਾ ਯਤਨ ਕਰਾਂਗਾ ਵੀਰ ਕੁਲਵੰਤ ਸਿੰਘ ਜੀ ਗਿਆਨੀ ਜੋਗਾ ਸਿੰਘ ਭਾਗੋਵਾਲੀਆ ਦੇ ਸਾਥੀ 500 ਦਮੜਾ ਅਰਦਾਸ ਕਰਵਾਉਂਦੇ ਆਏ ਮੇਰਾ ਬੜਾ ਲਾਡਲਾ ਸ਼ਿੰਦਾ ਪੁੱਤ ਹੈ ਭੁਪਿੰਦਰ ਸਿੰਘ ਸਾਹਮਣੇ ਬੈਠਾ ਹੈ ਜਸਬੀਰ ਸਿੰਘ ਦਾ ਸਾਥੀ ਉਹਨਾਂ ਵੱਲੋਂ 200 ਦਮੜਾ ਗਿਆਨੀ ਜਸਬੀਰ ਸਿੰਘ ਹੋਣਾ ਵੱਲੋਂ 200 ਦਮੜਾ ਪਿਆਰ ਗਿਆਨੀ ਜੋਗਾ ਸਿੰਘ ਭਾਗੋਵਾਲੀਆ ਤਿੰਨ ਕੁ ਬੰਦੇ ਆ ਮੈਂ ਜਿਨ੍ਹਾਂ ਨੂੰ ਬਹੁਤਾ ਪਸੰਦ ਕਰਦਾ ਹੈ ਪ੍ਰਚਾਰਕਾਂ ਨੂੰ ਸਾਰੇ ਚੰਗੇ ਆਏ ਪਰ ਬੰਦੇ ਦੀ ਆਪਣੀ ਆਪਣੀ ਪਸੰਦ ਹੋ ਜਾਂਦੀ ਜੋਗਾ ਸਿੰਘ ਭਾਗੋਵਾਲੀਆ ਜਿਹੜੇ ਬੰਦੇ ਟਕਾ ਨਾਲ ਕੰਮ ਕਰਦੇ ਲਖਬੀਰ ਸਿੰਘ ਮਸਤ ਔਰ ਤੁਹਾਡਾ ਗੁਰਦਿਆਲ ਸਿੰਘ ਢਿੱਲਵਾਂ ਜੀ ਕਰਦਾ ਸੀ ਅੱਜ ਮਿਲਦੇ ਪਰ ਆਇਆ ਨਹੀਂ ਇਹਨਾਂ ਬੰਦਿਆਂ ਦਾ ਰੰਗ ਮੈਨੂੰ ਵੱਖਰਾ ਲੱਗਦਾ ਹੈ ਗੁਰੂ ਜੀਵਨ ਬਖਸ਼ੇ ਅਤੇ ਜੇ ਗਾਉਣ ਵਾਲਿਆਂ ਦੀ ਗੱਲ ਕਰਾਂ ਨਾ ਮੈਨੂੰ ਗਾਉਣਾ ਨਹੀਂ ਆਉਂਦਾ ਜਿੰਨੇ ਗਾਉਣ ਵਾਲੇ ਉਹ ਸਾਰੇ ਹੀ ਚੰਗੇ ਆਏ ਪਰ ਕੁਝ ਕੁ ਕੁਆਲਿਟੀਆਂ ਇਹੋ ਜਿਹੀਆਂ ਜਿਹੜੀਆਂ ਮੇਰੇ ਦਿਲ ਨੂੰ ਲੱਗਦੀਆਂ ਜੋਗਾ ਸਿੰਘ ਜੋਗੀ ਦੇ ਨਾਲ ਦਲਬੀਰ ਸਿੰਘ ਔਰ ਸਰਦਾਰਾ ਸਿੰਘ ਚੌਂਕੀ ਮੇਰੇ ਪਿਤਾ ਜੀ ਹੋਣਾਂ ਦੇ ਨਾਲ ਮੇਜਰ ਸਿੰਘ ਭਗਵੰਤ ਸਿੰਘ ਰਹੇ ਮੈਂ ਮੇਜਰ ਸਿੰਘ ਦਾ ਬਹੁਤ ਜ਼ਿਆਦਾ ਆਸ਼ਕ ਹੈ ਅੱਜ ਉਹ ਭਾਵੇਂ ਮੇਰੇ ਨਾਲ ਨਹੀਂ ਪਰ ਸੱਚ ਸੱਚ ਹੀ ਰਹਿੰਦਾ ਹੈ ਹਕੀਕਤ ਨਹੀਂ ਬਦਲਦੀ ਔਰ ਗੁਰਮੁਖ ਸਿੰਘ ਐਮਏ ਮੈਨੂੰ ਨਿਖਾਰ ਲੱਗਦਾ ਜਿੰਨੀ ਸਮਝ ਆਉਂਦੀ ਇਹਨਾਂ ਬੰਦਿਆਂ ਦੀ ਕਈ ਵਾਰੀ ਮਨੁੱਖ ਇਹੋ ਜਿਹੇ ਹੁੰਦੇ ਹੈ ਉਹ ਸ਼ਬਦ ਖਾ ਜਾਂਦੇ ਹੈ ਅਤੇ ਅੱਜ ਮੈਨੂੰ ਵਧੀਆ ਕੁਆਲਿਟੀ ਜਸਬੀਰ ਸਿੰਘ ਦੇ ਅਗਲੇ ਮੁੰਡੇ ਦੀ ਵੀ ਲੱਗੀ ਹੈ ਮੈਂ ਪਹਿਲੀ ਵਾਰੀ ਉਹਨੂੰ ਸੁਣਿਆ ਹੈ ਅਤੇ ਮੈਂ ਮਨ 'ਚ ਵਿਚਾਰ ਕਰ ਰਿਹਾ ਸੀ ਉਹ ਮਗਰਲਿਆਂ ਨੂੰ ਰਾਹ ਬੜਾ ਵਧੀਆ ਦਿੰਦਾ ਹੈ ਅਤੇ ਮਗਰ ਵੀ ਮੁੰਡੇ ਚੰਗੇ ਹੈ ਪਰ ਥੋੜ੍ਹਾ ਜਿਹਾ ਖਿਆਲ ਰੱਖਿਆ ਕਰਨ ਜਦੋਂ ਲੰਘਣਾ ਹੁੰਦਾ ਦੂਜੇ ਨੂੰ ਵੀ ਰਾਹ ਚਾਹੀਦਾ ਇਹ ਚੀਜ਼ਾਂ ਧਿਆਨ ਰੱਖਣ ਵਾਲੀਆਂ ਨੇ ਤੁਹਾਡਾ ਭਵਿੱਖ ਬੜਾ ਵਧੀਆ ਹੈ ਮਾਲਕ ਨੇ ਤੁਹਾਡੇ ਉੱਤੇ ਬੜੀਆਂ ਰਹਿਮਤਾਂ ਕਰਨੀਆਂ ਹੈ ਅੱਜ ਮਾਣ ਦੇ ਨਾਲ ਸਿਰ ਉੱਚਾ ਕਰਦੇ ਅਸੀਂ ਕਵੀਸ਼ਰ ਹੋਣ ਦੇ ਨਾਂ 'ਤੇ ਕਿਉਂਕਿ ਅੱਜ ਸਾਡੀ ਕਲਾ ਦਾ ਸਤਿਕਾਰ ਹੋ ਰਿਹਾ ਹੈ ਅੱਜ ਸਾਡੀ ਕਲਾ ਦਾ ਮੁੱਲ ਪੈ ਰਿਹਾ ਹੈ ਜੋਗਾ ਸਿੰਘ ਭਾਗੋਵਾਲੀਆ ਸਾਹਿਬ ਬੈਠੇ ਆਏ ਜਿਨ੍ਹਾਂ ਨੇ ਬੜੇ ਕਮਾਲ ਦੇ ਸ਼ਬਦ ਤੁਹਾਡੇ ਨਾਲ ਸਾਂਝੇ ਕੀਤੇ ਹੈ ਕਲਿਆਲੇ ਦਾ ਕਵੀਸ਼ਰੀ ਦਰਬਾਰ 1 ਲੱਖ ਦਾ ਨਗਦ ਪਹਿਲਾ ਇਨਾਮ ਗਿਆਨੀ ਜੋਗਾ ਸਿੰਘ ਦੇ ਹਿੱਸੇ ਆਇਆ ਮਗਰ ਮੁੰਡੇ ਆਉਣ ਵਾਲੇ ਨੇ ਭਗਤ ਸਿੰਘ ਹੁਣੀ ਸੁਲਤਾਨਪੁਰ ਲੋਧੀਓਂ ਮੇਲਾ ਲੁੱਟ ਕੇ ਲਿਆਏ ਉਹ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਰਵਾਏ ਹੋਏ ਮਹਾਨ ਕਵੀਸ਼ਰੀ ਦਰਬਾਰ ਵਿੱਚੋਂ ਪਹਿਲਾ ਨੰਬਰ ਪ੍ਰਾਪਤ ਕਰਕੇ ਲਿਆਏ ਹੈ ਸਾਡਾ ਜਸਬੀਰ ਸਿੰਘ ਬੈਠਾ ਹੈ ਜਦੋਂ ਬੱਚੇ ਕੋਈ ਵੱਡੀ ਛਾਲ ਮਾਰਦੇ ਹਨ ਨਾ ਉਦੋਂ ਫਿਰ ਮਾਣ ਦੇ ਨਾਲ ਸੁਭਾਵਿਕ ਹੈ ਬੰਦੇ ਦਾ ਸਿਰ ਉੱਚਾ ਹੋ ਜਾਂਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਵੀਸ਼ਰ ਨਵਾਜੇ ਆਏ ਉਹ ਕਈਆਂ ਨੂੰ ਹਾਥੀ ਦਿੰਦੇ ਸਨ ਕਈਆਂ ਨੂੰ ਸੋਨੇ ਦੀਆਂ ਮੋਹਰਾਂ ਅਤੇ ਮੈਂ ਉਹਨਾਂ 52 ਦਾ ਹੀ ਜੀਵਨ ਪੜ੍ਹਿਆ ਹੈ ਮੈਨੂੰ ਕਿਤੇ ਨਹੀਂ ਲੱਭਾ ਵੀ ਜੇ ਇੱਕ ਨੂੰ ਹਾਥੀ ਦਿੱਤਾ ਅਤੇ ਦੂਜੇ ਨੇ ਵਿਰੋਧ ਕੀਤਾ ਇਹ ਬਿਮਾਰੀ ਸਾਡੇ ਵਿੱਚ ਹੀ ਹੈ ਜਿਹੜਾ ਸਾਨੂੰ ਸੱਪ ਜਿਹਾ ਲੜਦਾ ਨਾ ਉਹ ਲੜਨੋਂ ਹਟ ਜਾਣਾ ਚਾਹੀਦਾ ਗੁਰੂ ਦੀਆਂ ਦਾਤਾਂ ਨੇ ਵਡਿਆਈ ਗੁਰੂ ਦਿੰਦਾ ਹੈ ਗੁਰੂ ਜਿਹਨੂੰ ਚਾਹੇ ਨਾ ਉਹ ਲੱਖਾਂ ਦੀ ਭੀੜ ਵਿੱਚੋਂ ਐਨ ਥਾਪੜਾ ਦੇ ਕੇ ਉਹਨੂੰ ਉੱਚੇ ਥਾਂ 'ਤੇ ਚੁੱਕ ਕੇ ਪਹਾੜ 'ਤੇ ਖਿਲਾਰ ਦਿੰਦਾ ਵੀ ਇਹਨੂੰ ਮੈਂ ਨਿਵਾਜ ਦਿੱਤਾ ਇਹਨੂੰ ਪ੍ਰਵਾਨ ਕਰ ਲਓ ਅਤੇ ਜਿਹੜਾ ਫਿਰ ਪ੍ਰਵਾਨ ਕਰ ਲੈਂਦਾ ਚੰਗਾ ਰਹਿੰਦਾ ਅਤੇ ਜਿਹੜਾ ਨੱਕ ਮੂੰਹ ਵੱਟਦਾ ਨਾ ਉਹ ਰੁਕ ਜਾਂਦਾ ਹੈ ਅਤੇ ਗੁਣ ਰੁਕ ਜੇ ਅਤੇ ਉਹ ਜ਼ਹਿਰ ਬਣ ਜਾਂਦਾ ਜੇ ਇਸ ਗੱਲ ਨੂੰ ਕਦੇ ਭੁੱਲਿਓ ਨਾ ਮੇਰਾ ਇੰਨਾ ਮਾਣ ਵੱਧਦਾ ਮੈਂ ਤਾਂ ਇਹ ਗੱਲ ਕਹਿੰਦਾ ਹੈ ਵੀ ਜਿਹੜਾ ਸਨਮਾਨ ਜੋਗਾ ਸਿੰਘ ਦਾ ਹੋਇਆ ਹੈ ਜਾਂ ਭਗਤ ਸਿੰਘ ਦਾ ਹੋਇਆ ਹੈ ਜਾਂ ਜਸਬੀਰ ਸਿੰਘ ਦਾ ਹੋਇਆ ਹੈ ਉਹ ਮੈਨੂੰ ਇੰਝ ਲੱਗਦਾ ਵੀ ਕਵੀਸ਼ਰੀ ਸਾਡੀ ਮਾਂ ਕਲਾ ਹੈ ਅਤੇ ਜਦੋਂ ਕੋਈ ਸੰਸਥਾ ਕਿਸੇ ਕਵੀਸ਼ਰ ਦਾ ਸਨਮਾਨ ਕਰਦੀ ਹੈ ਨਾ ਉਹ ਸਾਡੀ ਮਾਂ ਦੇ ਸਿਰ ਉੱਤੇ ਪੱਲਾ ਦੇ ਰਹੀ ਹੈ ਜਿੱਥੇ ਮਾਂ ਦਾ ਸਿਰ ਕੱਜਿਆ ਜਾਏ ਅਤੇ ਪੁੱਤਾਂ ਨੂੰ ਫਿਰ ਫਕਰ ਕਰਨਾ
ਇਹ ਹੋਰ ਵੱਡੇ ਮਾਣ ਵਾਲੀ ਗੱਲ ਬਣ ਜਾਂਦੀ ਹੈ। ਆਓ ਮੈਂ ਮਹਾਰਾਜ ਜੀ ਦੀ ਕੀਰਤੀ ਕਰਤਾਰਪੁਰ ਸਾਹਿਬ ਦੀ ਧਰਤੀ, ਉੱਥੇ ਪਿੰਡ ਨਹੀਂ ਵਸਿਆ, ਨਗਰ ਵਸਣ ਤੋਂ ਪਹਿਲਾਂ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਉਸ ਮੁਬਾਰਕ ਧਰਤੀ ਉੱਤੇ ਜਾ ਕੇ ਬਿਰਾਜਮਾਨ ਹੋਏ ਨੇ। ਅੰਮ੍ਰਿਤ ਵੇਲਾ ਗੁਰੂ ਜੀ ਨੇ ਚੌਂਕੜਾ ਗੱਡਿਆ ਤੇ ਆਪਣੇ ਰਵਾਬੀ ਸਾਥੀ ਭਾਈ ਮਰਦਾਨਾ ਜੀ ਨੂੰ ਮਹਾਰਾਜ ਇਸ਼ਾਰਾ ਕਰਦੇ ਆ, ਪਿਆਰੇ ਸੇਵਕ ਮਰਦਾਨਾ, ਆਪਣੇ ਪਵਿੱਤਰ ਪੋਟਿਆਂ ਦੇ ਨਾਲ ਰਵਾਬ ਦੀਆਂ ਤਰਬਾਂ ਛੇੜ, ਆਪਾਂ ਬਾਣੀ ਪੜ੍ਹਨੀ ਹੈ। ਜਿੱਥੇ ਬਾਬਾ ਨਾਨਕ ਚਰਨ ਪਾ ਦਿੰਦਾ ਉਹ ਧਰਤੀ ਭਾਗਸ਼ਾਲੀ ਬਣ ਜਾਂਦੀ ਹੈ, ਤੇ ਜਿੱਥੇ ਕੀਰਤਨ ਹੁੰਦਾ ਹੈ ਉੱਥੇ ਕਿਵੇਂ ਖੇੜਾ ਮੌਲਦਾ ਹੈ, ਕਿਵੇਂ ਚਾਹ ਮੌਲਦਾ ਹੈ, ਉਹ ਇੱਕ ਤਸਵੀਰ ਬਾਬਾ ਨਾਨਕ ਬੈਠਾ ਹੈ ਕਰਤਾਰਪੁਰ ਵਸਣ ਤੋਂ ਪਹਿਲਾਂ ਉਸ ਧਰਤੀ ਦੇ ਉੱਤੇ। ਮਹਾਰਾਜ ਨੇ ਜਦੋਂ ਕੀਰਤਨ ਦੀ ਪ੍ਰਾਰੰਭਤਾ ਕਰ ਦਿੱਤੀ ਤੇ ਬਾਬੇ ਮਰਦਾਨੇ ਨੇ ਆਪਣੇ ਪੋਟੇ ਰਵਾਬ ਦੀਆਂ ਤਰਬਾਂ ਨੂੰ ਛਾਇਲਾ, ਬਾਬੇ ਦੀ ਵੱਜਦੀ ਰਵਾਬ ਨੇ ਸੜੇ ਹੋਏ ਸੀਨਿਆਂ ਦੇ ਉੱਤੇ ਠੰਡ ਕਿਵੇਂ ਪਾਈ, ਇਉਂ ਬੇਨਤੀ ਹੈ। ਖੂਬਸੂਰਤ ਥਾਂ ਬੜੀ ਨਿਆਰੀ ਜੀ, ਬੈਠੀ ਚੌਂਕੜਾ ਲਗਾ ਕੇ ਸੰਗਤ ਪਿਆਰੀ ਜੀ, ਬੈਠੀ ਚੌਂਕੜਾ ਲਗਾ ਕੇ ਸੰਗਤ ਪਿਆਰੀ ਜੀ, ਬੈਠੀ ਸੰਗਤ ਪਾਲਾ ਚ ਬਿਰਤੀ ਟਿਕਾਉਂਦੀ, ਗੁਰੂ ਬਾਬੇ ਦੀ ਰਬਾਬ ਮਿੱਠੇ ਰਾਗ ਗਾਉਂਦੀ, ਗੁਰੂ ਬਾਬੇ ਦੀ ਰਬਾਬ ਮਿੱਠੇ ਰਾਗ ਗਾਉਂਦੀ। ਨਾਲ ਪਾਈ ਮੁਰਦਾਨੇ ਗੁਰਾਂ ਦਾ ਪਿਆਰ ਹੈ, ਜਦੋਂ ਤਰਬਾਂ ਨੂੰ ਛੇੜਦਾ ਓ ਠੰਡ ਪਾਉਂਦੀ, ਗੁਰੂ ਬਾਬੇ ਦੀ ਰਬਾਬ ਮਿੱਠੇ ਰਾਗ ਗਾਉਂਦੀ, ਗੁਰੂ ਬਾਬੇ ਦੀ ਰਬਾਬ ਮਿੱਠੇ ਰਾਗ ਗਾਉਂਦੀ। ਰੱਬੀ ਰੰਗ ਵਿੱਚ ਰੰਗੇ ਕੀਰਤ ਨਾ ਹੋ ਰਿਹਾ, ਸੁਰ ਤਾਲ ਦਾ ਸਮੇਲ ਸੀ ਮਨਾਂ ਨੂੰ ਮੋਰਿਆ, ਸੁਰ ਤਾਲ ਦਾ ਸਮੇਲ ਸੀ ਮਨਾਂ ਨੂੰ ਮੋਰਿਆ, ਜਦੋਂ ਸੁਰ ਤਾਰੇਮਾ ਵਿੱਚ ਭੇਜਿਆ ਨਾਮ ਦੀਆ, ਜਦੋਂ ਸੁਰ ਜਦੋਂ ਸੁਰ ਤਾਰੇਮ ਵਿੱਚ ਭੇਜੇ ਨਾਮ ਦੀ, ਗੁਰੂ ਬਾਬੇ ਦੀ ਰਬਾਬ ਮਿੱਠੇ ਰਾਗ ਗਾਉਂ ਦੀ, ਗੁਰੂ ਬਾਬੇ ਰਬਾਬ ਮਿੱਠੇ ਰਾਗ ਗਾਉਂਦੀ। ਜਾਣੋ ਅਮਰ ਤੂ ਵੇਲਾ ਆਪਣੇ ਆਟਕਾ ਜੀ, ਹੋਇਆ ਆਣ ਉਸ ਮੌਕੇ ਹਾਜ਼ਰ ਖੁਦਾ ਜੀ, ਹੋਇਆ ਆਣ ਉਸ ਮੌਕੇ ਹਾਜ਼ਰ ਖੁਦਾ ਜੀ, ਮਿੱਠਾ ਮਿੱਠਾ ਜਾ ਹਾਲਾ ਰਾਮਣਾ ਚਲਿਆਉਂਦੀ, ਗੁਰੂ ਬਾਬੇ ਦੀ ਰਬਾਬ ਮਿੱਠੇ ਰਾਗ ਗਾਉਂਦੀ, ਗੁਰੂ ਬਾਬੇ ਦੀ ਰਬਾਬ ਮਿੱਠੇ ਰਾਗ ਗਾਉਂਦੀ। ਮਿੱਠਾ ਸ਼ਾਇਦ ਤੂੰ ਵੀ ਕੰਠ ਪਾਤਸ਼ਾਹ ਪਿਆਰੇ ਦਾ, ਹੋਇਆ ਜਾਦੂ ਜਾ ਅਸਰ, ਹੋਇਆ ਜਾਦੂ ਜਾ ਅਸਰ ਸ਼ਬਦ ਉਚਾਰੇ ਦਾ, ਸੁੱਚੀ ਕਲਾ ਹੈ ਸਮੇਂ ਨੂੰ ਬੰਨ ਕੇ ਵਖਾਉਂਦੀ, ਗੁਰੂ ਬਾਬੇ ਦੀ ਰਬਾਬ ਮਿੱਠੇ ਰਾਗ ਗਾਉਂਦੀ, ਗੁਰੂ ਬਾਬੇ ਦੀ ਰਬਾਬ ਮਿੱਠੇ ਰਾਗ ਗਾਉਂਦੀ। ਜਦੋਂ ਤਰਬਾਂ ਦਾ ਪੁੱਤ ਸੇਵਕ ਕਹਾਵਦਾ, ਜਦੋਂ ਤਰਬਾਂ ਜਦੋਂ ਤਰਬਾਂ ਦੇ ਪੁੱਤ ਸੇਵਕ ਕਹਾਵਦਾ, ਜੱਗੋਂ ਵੱਖਰਾ ਆਨੰਦ ਉਦੋਂ ਭੱਜ ਜਾਵਦਾ, ਜੱਗੋਂ ਵੱਖਰਾ ਆਨੰਦ ਉਦੋਂ ਭੱਜ ਜਾਵਦਾ। ਓਕਲਾ ਪਾਈ ਮੁਰਦਾਨੇ ਦੀ ਮਰਦਾਨੇ ਦੀ ਦਿਲਾਂ ਨੂੰ ਪਾਵਦੀ,
रबाब मिठे राग गावदी गुरु बाबे दी रबाब मिठे राग गावदी धाना होवे जिन्ना गुरु संग साथ मानिया लाबो दिलदार लिया सच्चिया दवानिया लाब दिलदार लिया सच्चिया दवानिया हो गए अमरा परित सच्ची वकाम दी गुरु बाबे दी रबाब मिठे राग गाम दी गुरु बाबे दी रबाब मिठे राग गाम दी गुरु गुरु नानक देव पातशाह महाराज जी बाणी पढ़ दे ते मानो अमृत दे सोमे चार चार करके वह रहे तब दे सीनियां नूं त्रवास मिलिया गुरु जी का दीदार करने ले शोभा सुन के लुकाई टुके महाराज नूं नमस्कारां करके लोग जय जयकार कर रहे ने कोई आके माया मत्था टेकदा है कोई अमीर वस्त्र लैके आउंदा है साखी वाला कहिंदा है पीए स्थान दे उत्ते गुरु नानक देव पातशाह महाराज जी नूं एक अंतां दा मुहब्बत वाला श्रद्धालु मिलिया जिन्हें हजूर का दीदार किया और सचे पातशाह के दर के उत्ते एक जगों वक्री भेंट दर प्रवान चढ़ाने लई उन्हें अर्पित की है हाथ जुड़े हुए आस्थाना गल विच पल्ला पा के कहन लगा महाराज कृपा करके मेरी बेनती नू स्वीकार करो मेरा नाम है भाई करोड़ी ते जड़ी जमीन विच महाराज तुसा मुबारक चरण पाके नू भागा वाली ते पवित्र बना दिता है ये तुहाडे सेवक दी पर अज तो पहला महाराज होने जमीन अज तो तुहाडी होगी जिथे गुरु बाबा मुबारक चरण पाके भाग लाउंदा हुंदा ओ धरती संसार दी ऐसी महान बनदी है फिर लकाई ढुक के उथे नग रगड़न विच फकर ते माण महसूस करदा करोड़ी ने आख्या महाराज जमीन तुहाडे हवाले करदा मेरी नमाणे दी इको बेनती है जोदड़ी है इस जमीन विच महाराज तुसी नगर वसाओ और ओ नगर तुहाडे नां उत्ते नानकपुरा सदवाए ये मेरी जोदड़ी प्रवान कर लो सेवादार सेवा करदा है और जे सेवक दी काल थाए पै जाए गुरु रीत जाए मेरा कर दे ते एक नियामत है हजूर ने उदी गल सुनी महाराज ने आख्या है सिदक वाला है एडी वड्डी कौन भेट किसे द्वारे दे उत्ते अर्पित करदा है लोकी ते रुपया मत्था टेक के ते लखां दी मांग करदे है तू जमीन अर्पित कीती है सेवादार सच्चा है ते पर एक गल याद रख शर्त ना रख शर्त उहने की रखी महाराज आपके नाम उत्ते नानकपुरा पिंड बन दे गुरु जी ने आख्या शर्त नहीं प्रवान सेवा प्रवान है समझदार सी इशारा समझ गया उन्हें आख्या सच्चे पातशाह मैं शर्त वापस लैना है पर जमीन प्रवान करके इस जमीन विच पिंड जरूर बनिया जाए मेरे दिल दियां रीझां ने मेरे दिल दी सदर है महाराज कहिंदे पिंड भी वसेगा जमीन भी प्रवान है पर असी अपने नां ते नानकपुरा नहीं वसावांगे असी करतार दी याद अंदर करतारपुर साहब दी रचना करांगे जिथों दा लांघा खुलण दी गल चली और सिख पंथ दे हिरदे दे तल दी अरदास है गुरु बाबे दी दरगाह विच पहुंची ते अज करतारपुर साहब दा लांघा खुल गया असी दो टाइम फरियादी बन के फरियाद करदे रहे हां जिहड़े गुरुद्वारियां गुरधामां नूं खालसे पंथ तो विछोड़िया गया उन्होंने खुले दर्शन दीदार और सेवा संभाल दा दान खालसा जी ने बख्शो मैं कहना इमरान खान साहब ने किसी सलखड़ी मां का दुध पीता है उन्हें गुरु नानक दे असल विच रुतबे की कदर की है कि बाबा नानक की वडियाई की है उन्हें खोल दिता सिख भरावां लई लांघा मैं तो यह भी महसूस करदा कई बारी रब ना करे इस्लामी भाईचारा भारत अंदर अपने किसी धार्मिक स्थान का रस्ता साड़ी गौरमेंट को मंग लवे तो शायद इन्नी विशाल दिली भारत की हुकूमत कदे विखा ना सके
ਇਹ ਵਡਿਆਈ ਉਹਦੇ ਹਿੱਸੇ ਆਈ ਹੈ। ਮੈਂ ਬੇਨਤੀ ਕੀਤੀ ਹੈ, ਮਾਣ ਗੁਰੂ ਬਖਸ਼ਦਾ ਹੈ ਉਹ ਜਿਹਦੇ ਉੱਤੇ ਨਜ਼ਰ ਸਵੱਲੀ ਕਰਦਾ ਹੈ, ਉਹਦੀਆਂ ਜੈ ਜੈਕਾਰਾਂ ਤੇ ਚੜ੍ਹਦੀਆਂ ਕਲਾ ਹੋ ਜਾਂਦੀਆਂ। ਕਰਤਾਰਪੁਰ ਸਾਹਿਬ ਜਿੱਥੋਂ ਦਾ ਤਰਸ ਕੇ ਸਾਨੂੰ ਦੀਦਾਰ ਕਰਨ ਲਈ ਲਾਂਘਾ ਮਿਲਿਆ ਹੈ, ਆਓ ਤਵੱਜੋ ਦੇਣ ਦਾ ਯਤਨ ਕਰਨਾ। ਉਹ ਨਗਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਗੱਢ ਕੇ ਮੋੜੀ, ਕਰਤਾਰ ਦੀ ਯਾਦ ਅੰਦਰ ਕਿਵੇਂ ਆਬਾਦ ਕੀਤਾ, ਇਉਂ ਬੇਨਤੀ ਕੀਤੀ ਜਾ ਰਹੀ। ਬਦਲਣ ਤੋਂ ਕੁਦੀਰ ਆ ਗਿਆ, ਜਹਰਾ ਇੱਕ ਪੀਰ ਆ ਗਿਆ, ਪੁੰਨਿਆਂ ਦਾ ਅੰਮ੍ਰਿਤ ਵੇਲਾ, ਕਿਰਪਾ ਕਰ ਲਾਲ ਸੋਹਿਲਾ ਯਾਰ, ਪੈਦਾ ਹੋਇਆ ਰੂਪ ਕਰਤਾਰ ਮਹਾ, ਅੰਮ੍ਰਿਤ ਮਨਾਈਆਂ ਖੁਸ਼ੀਆਂ ਬਾਬਾ, ਕਾਲੂ ਲੱਖ ਸ਼ੁਕਰ ਗੁਜ਼ਾਰ ਦਾ, ਅੰਮ੍ਰਿਤ ਮਨਾਈਆਂ ਨਗਰ ਵਸਾ ਦੋ, ਨਾ ਰੱਖੋ ਨਾਨਕਪੁਰਾ ਪਾਗ, ਇਸ ਥਾਂ ਨੂੰ ਪਾਤਸ਼ਾਹ ਲਗਾ ਦੋ, ਨਾ ਰੱਖੋ ਨਾਨਕਪੁਰਾ। ਕਹਿੰਦੇ ਹਜ਼ੂਰ ਪਿਆਰੇ ਸੇਠਾ ਹੋਏ ਸਮਝ ਇਸ਼ਾਰੇ, ਸ਼ਰਤਾਂ ਰੱਖ ਕਰਦਾ ਸੇਵਾ, ਐਦਾਂ ਨਹੀਂ ਮਿਲਦਾ ਮੇਵਾ, ਖਰਾ ਸੱਚ ਤੈਨੂੰ ਸੇਵਕਾ ਬਤਾਵਣਾ, ਨਾਮ ਕਰ ਤਾਰ ਦੇ ਉੱਤੇ ਅਸਾਂ ਪੁਰ ਤਾਰ ਤਾਰ ਵਸਾਵਣਾ, ਨਾਮ ਕਰ ਤਾਰ ਦੇ ਉੱਤੇ। ਸੇਠ ਕੇ ਸੀਸ ਝੁਕਾ ਕੇ ਮੇਰਾ ਕਰ ਸਤਿਗੁਰ ਆ ਕੇ, ਮੇਰੀ ਭੁੱਲ ਮਾਫ ਕਰ ਦਿਓ, ਰਹਿਮਤ ਨਾਲ ਚੋਲੀ ਭਰ ਦਿਓ ਪਿੱਛੇ, ਮੁੜਾ ਤੇਰ ਖੁਸ਼ੀਆਂ ਨੂੰ ਲੈ ਕੇ ਮੋੜੀ ਕਰ ਤਾਰਪੁਰ ਦੀ ਓਗਰਾ, ਗੱਡਤੀ ਵਾਹਿਗੁਰੂ ਕਹਿ ਕੇ ਮੋੜੀ ਕਰ ਤਾਰਪੁਰ ਦੀ। ਸੇਵਾ ਦਾ ਕੁੰਬਰ ਚਾਇਆ ਲੱਗਾ ਫਿਰ ਭਾਰਾ, ਆਣ ਕੇ ਤੇ ਆਣ ਕੇ ਤੇ ਤਾਰ ਜੈ ਲੁਕਾਈ, ਯਾਦ ਕਰ ਤਾਰ ਸੱਜ ਦੀ, ਕਹਿੰਦੇ ਪਾਤਸ਼ਾਹ ਨੇ ਨਗਰੀ ਵਸਾਈ, ਯਾਦ ਕਰ ਤਾਰ ਸੱਜ ਦੀ। ਸ਼ੇਰ ਸਬਰ ਆਇਆ ਲਿਖਦਾ ਹਿਰਦਾ ਹਰ ਸੱਚੇ ਸਿੱਖਦਾ, ਨਿਤਈ ਅਰਦਾਸ ਗੁਜ਼ਾਰੇ ਜਿੰਨੇ ਵੀ ਗੁਰੂ ਤੜਪਾ ਚਲਕ ਇੱਕ ਪਾਉਣ ਲਈ, ਲੱਖਾਂ ਸ਼ਰਾਂ ਦਲੂ ਪਹੁੰਚਦੇ ਗੁਰੂ ਨਗਰੀ ਨੂੰ ਸੀਸ ਝੁਕਾਉਣ ਲਈ, ਲੱਖਾਂ ਸ਼ਰਾਂ ਦਲੂ ਪਹੁੰਚਦੇ। ਮਹਾਰਾਜ ਨੇ ਮੋੜੀ ਗੱਡ ਕੇ ਨਦਰੋ ਨਦਰ ਨਿਹਾਲ ਕਰ ਦਿੱਤਾ, ਨਗਰ ਆਬਾਦ ਹੋਇਆ। ਹਜ਼ੂਰ ਨੇ ਆਖਿਆ ਕਰਤਾਰ ਦੀ ਯਾਦ ਅੰਦਰ ਕਰਤਾਰਪੁਰ ਸਾਹਿਬ ਵਸਿਆ, ਵਰਦਾਨ ਦਿੱਤਾ ਮਹਾਰਾਜ ਨੇ, ਜਿਹੜਾ ਕਰਤਾਰਪੁਰ ਦਾ ਦੀਦਾਰ ਕਰੇਗਾ ਉਹ ਕਰਤਾਰ ਨਾਲ ਜੁੜ ਜਾਏਗਾ। ਐਸੀ ਬਰਕਤ ਵਾਲੀ ਨਿਆਮਤ ਵਾਲੀ ਧਰਤੀ ਮਹਾਰਾਜ ਨੇ ਪ੍ਰਗਟ ਕਰਕੇ ਵਿਖਾ ਦਿੱਤੀ। ਨਿਰਧਾਰਤ ਵਕਤ ਸਮਾਪਤ ਹੈ, ਭੁੱਲਾਂ ਚੁੱਕਾਂ ਦੀ ਖਿਮਾ ਮੰਗਦਾ ਹੈ, ਕੁਝ ਗੱਲਾਂ ਤੇ ਸਾਨੂੰ ਬੜਾ ਸੁਚੇਤ ਹੋਣ ਦੀ ਲੋੜ ਹੈ। ਲਾਂਘਾ ਪੰਥ ਦੀਆਂ ਅਰਦਾਸਾਂ ਕਰਕੇ ਖੁੱਲਿਆ,
और चंगे मनुख रब ने संसार से भेजे से जिन्हों ने विद बना के गुरु नानक साहब महाराज जी के मिशन और रुतबे की कदर करदिया परोपकार किया। चुनौतियां बड़िया होनी साडे सामने क्योंकि जनसियां किसी का लिहाज नहीं करदिया, उत्थे असला भी सुटिया करनगे, नशा भी सुटिया करनगे और मड़िया करनगे बाबे नानक दे श्रद्धालू सेवकां दे सिर। पर मेरा भरोसा यह गल कहिंदा है गुरु दयालता विखाए पंथ की सदा चढ़दी कला रही है और सदा रहेगी। जिहड़ा बाबे नानक दे निर्मल पंथ नूं नीवियां विखाउण दा जतन करदा रहा ना वह पहला कामयाब होया है ना आने वाले समय में कामयाब होएगा। पुल चुक की खिमा मांगदा हाँ। अगला प्रोग्राम साढ़े बहुत सत्कारयोग पंथ का मान महान कमिश्नर ज्ञानी जोगा सिंह जी भागोवालिया साहब जिन्हां दे नाल मेरी दिली मुहब्बत है, बड़ा वो प्यार सत्कार बख्शिश करके नवाजते ने। सारे सिंघां दी चढ़दी कला की अरदास करदा हाँ। फिर इस गल उत्ते दो शब्दों में माण महसूस करता है जिहड़े कवीशरी कला नाल जुड़े आए वह माण दे नाल प्यार नाल भिज के गुरु नानक दे घर की कीर्ति करन। आने वाला समा कवीशरां लई बहुत ज़्यादा सुलखना है। अज तो 7-8 महीने पहला एक टीवी चैनल वालिया ने मेरा इंटरव्यू लिया, उन्होंने मैं पूछा भी कवीशरी का लंघिया समा किदां दा है, वर्तमान की है, भविख की है। जदों भविख की गल आई ना मैं बड़ा साफ उन्होंने कहा भी साढ़े रागियां ढाडियां दे मुंडे खास करके इस कला वाले पासे नहीं आ रहे, वो कहिंदे कारण की है। मैं क्या पंथ दियां वड्डियां संस्थावां कूक सुतियां ने गुरु नवाजियां कलावां दा जो माण करन लग पैंदा ते कख नहीं डुलिया बिरां दा विगड़िया। ते अज मैं अपने वो शब्द उदों वापस लै ले सन जदों बाबे अवतार सिंह होणा ने करियाले विच कवीशरी दरबार रखिया। मैं आपदे सारे भरावां नूं दस्सिया सी मैनूं भविख कवीशरी दा बड़ा नरोवा ते बड़ा निग्गर नज़र आ रहा, क्योंकि जो संस्थावां किरतियां नूं महान लोगों नूं गुणी लोगों नूं माण ते सत्कार देन लग पैणा उदों छोटियां कलावां भी महान बन जांदियां है। ते इह ते धन गुरु गोबिंद सिंह पातशाह महाराज की नवाजी हुई कला है। सारियां नूं करोड़ करोड़ मुबारकां दिंदा जिन्ने इत्थे जुड़े हो। वाहिगुरु तुहाडी झोली विच होर इहदों वी वड्डियां खुशियां पा के माला माल करन। तुहाडा अपना अमरजीत सिंह सवरा साथी जोबन सिंह सोही अजय पाल सिंह प्राचा मनप्रीत सिंह सैदो भुल्लां चुक्कां दी खिमा फतेह प्रवान करो जी। वाहेगुरु जी का खालसा वाहेगुरु जी की फतेह।